ਤੈਨੂੰ ਰਸ ਨਹੀਂ ਆਇਆ। ਗੁਰੂ ਕਿਰਪਾ ਕਰੇ ਕੈਸਾ ਰਸ ਬਣਿਆ ਸੀ, ਆਓ ਮੈਂ ਤੁਹਾਡੀ ਸੇਵਾ ਵਿੱਚ। ਦਮਦਮੀ ਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਾ ਪ੍ਰਸੰਗ ਤੁਹਾਡੀ ਸੇਵਾ ਵਿੱਚ ਰੱਖਣ ਲੱਗਾ। ਇੱਕ ਦੋ ਕਵਿਤਾ ਜਿੰਨੀ ਵੀ ਵਨਗੀ ਮੰਤਰ ਇਤਿਹਾਸ ਦੇ ਵਿੱਚੋਂ ਕਹਿਣ ਦਾ ਮੈਂ ਯਤਨ ਕਰੂੰਗਾ। ਬਾਬਾ ਦੀਪ ਸਿੰਘ ਦਾ ਜਿਹੜਾ ਜੀਵਨ ਆ, 17 ਕੁ ਵਰੇ ਦੀ ਉਮਰ ਹੋਈ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ। ਗੁਰੂ ਗੋਬਿੰਦ ਸਿੰਘ ਨੇ ਹੋਲੇ ਮੱਲੇ ਦੇ ਕੱਟ ਤੇ ਸੰਗਤਾਂ ਨੂੰ ਬੁਲਾਇਆ। ਮਾਝੇ ਮਾਲਵੇ ਦੁਆਬੇ ਚੋਂ ਹੁੰਮ ਹੁਮਾ ਕੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਗੁਰੂ ਗੋਬਿੰਦ ਸਿੰਘ ਮਾਨ ਨੇ ਐਲਾਨ ਕੀਤਾ ਵੀ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ, ਕੱਲ੍ਹ ਨੂੰ ਅਸੀਂ ਅੰਮ੍ਰਿਤ ਵਿੱਚ ਆਪ ਲੱਗਾਂਗੇ, ਜਿਨ੍ਹਾਂ ਅੰਮ੍ਰਿਤ ਛਕਣਾ ਉਹ ਨਾਂ ਲਿਖਾਓ। ਬਾਬਾ ਦੀਪ ਸਿੰਘ ਤੇ ਭਾਈ ਨੋਧ ਸਿੰਘ, ਇੱਕ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਨੋਧਾ ਸੀ, ਇੱਕ ਪਹੁ ਪਿੰਡ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਸੀ ਦੀਪਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾਂ ਤੋਂ ਅੰਮ੍ਰਿਤ ਛਕਿਆ, ਦੀਪੇ ਦਾ ਨਾਮ ਸਤਿਗੁਰਾਂ ਨੇ ਦੀਪ ਸਿੰਘ ਰੱਖ ਦਿੱਤਾ, ਨੋਧੇ ਦਾ ਨਾਂ ਸਤਿਗੁਰਾਂ ਨੇ ਨੋਧ ਸਿੰਘ ਰੱਖ ਦਿੱਤਾ। ਪਹਿਲਾਂ ਦੀਪਾ, ਫਿਰ ਦੀਪ ਸਿੰਘ, ਫਿਰ ਭਾਈ ਦੀਪ ਸਿੰਘ, ਫਿਰ ਬਾਬਾ ਦੀਪ ਸਿੰਘ ਜੀ। ਕਹਿੰਦੇ ਇੰਨੀ ਸੇਵਾ, ਇੰਨੀ ਡਿਗਰੀਆਂ ਲੈ ਕੇ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਜੂਠੇ ਭਾਂਡੇ ਮਾਂਜ ਰਹੇ ਸੀ ਤੇ ਇੱਕ ਸਰਬਲੋਹ ਦੇ ਬਾਟੇ ਨੂੰ ਵਾਰ ਵਾਰ ਉਹ ਮਾਂਜੀ ਜਾ ਰਹੇ ਸੀ ਵਾਰ ਵਾਰ। ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਬਾਦਸ਼ਾਹ ਖਲੋਤੇ ਆ। ਜਦੋਂ 5-7 ਵਾਰ ਬਾਟੇ ਨੂੰ ਬਾਬਾ ਦੀਪ ਸਿੰਘ ਨੇ ਮਾਂਜਿਆ ਨਾ ਤੇ ਸਤਿਗੁਰੂ ਕਹਿਣ ਲੱਗੇ, ਉਹ ਦੀਪ ਸਿੰਘ ਆ ਬਾਟਾ ਮਾਂਜਦਾ ਬਾਟਾ? ਆਂਦਾ ਨਹੀਂ ਜੀ, ਬਾਟਾ ਤਾਂ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ, ਫਿਰ ਹੁਣ ਤੂੰ ਕੀ ਮਾਂਜਦਾ? ਆਂਦਾ ਸਤਿਗੁਰੂ ਜੀ, ਹੁਣ ਤੇ ਆਪਣਾ ਮੈਂ ਮਨ ਮਾਂਜਦਾ ਮਨ। ਉਹ ਦੀਪ ਸਿੰਘ ਆ ਤੈਨੂੰ ਕਿਤਨਾ ਪਤਾ ਲੱਗੂ ਤੇਰਾ ਮਨ ਮਾਂਜਿਆ ਗਿਆ? ਆਂਦਾ ਮਹਾਰਾਜ, ਜਦੋਂ ਮੈਂ ਇਸ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਨਾ ਨਾ, ਇਹਦੇ ਵਿੱਚ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਵੀ ਤੇਰੇ ਅੰਦਰ ਜੇ ਹੋਮੇ ਹੈਗੀ ਆ ਮਹਾਰਾਜ, ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝੂਗਾ ਮੇਰੀ ਸੇਵਾ ਮੁਕੰਮਲ ਹੋ ਗਈ ਆ। ਸਤਿਗੁਰ ਨੇ ਚੌਕੇ ਛਾਤੀ ਨਾਲ ਆਇਆ, ਆਖਿਆ ਧੰਨ ਸਿੱਖੀ। ਓ ਦੀਪ ਸਿੰਘਾ ਪੁੱਤਰਾ, ਜੋ ਤੂੰ ਮੰਗੇ ਮੈਂ ਤੈਨੂੰ ਉਹ ਕੁਝ ਅੱਜ ਦੇ ਦੇਣਾ, ਸਿੱਖੋ ਮੰਗਣਾ ਵੀ ਸਾਰਣ ਨਹੀਂ ਆਉਂਦਾ। ਆਂਦਾ ਮਹਾਰਾਜ, ਇਹ ਤੁੱਠੇ ਜੇ ਤੇ ਵਚਨ ਦੇ ਉੱਤੇ ਵਰਦਾਨ ਦਿਓ ਕਿ ਜਿਹੜਾ ਮੇਰਾ ਅੰਤ ਸਮਾਂ ਹੋਏ ਨਾ ਇਹ ਧਰਮ ਯੁੱਧ ਦੇ ਵਿੱਚ ਹੋਵੇ। ਇਹ ਵਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਮੰਗ ਕੇ ਲਿਆ ਸੀ। ਬਾਬਾ ਦੀਪ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਸੇਵਾ ਦਮਦਮਾ ਸਾਹਿਬ ਦੀ ਸੌਂਪ ਕੇ ਆਪ ਦੱਖਣ ਦੇਣ ਨੂੰ ਤੁਰ ਗਏ। ਬਾਬਾ ਦੀਪ ਸਿੰਘ ਜੀ ਬੀੜਾ ਲਿਖ ਰਹੇ ਸਨ। ਕੋਈ ਗੁਰੂ ਨਾਨਕ ਲੇਵਾ ਸਿੱਖ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਿਆ, ਫਤਿਹ ਬੁਲਾਈ ਤੇ ਕਹਿਣ ਲੱਗੇ, ਬਾਬਾ ਜੀ ਜਿਹੜੀਆਂ ਬੀੜਾਂ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਬਾਬਾ ਜੀ ਨੇ ਕਲਮ ਉੱਥੇ ਰੱਖ ਦਿੱਤੀ। ਉਹ ਕੀ ਖਬਰ ਲੈ ਕੇ ਆਇਆ? ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਬਾਬਾ ਦੀਪ ਸਿੰਘ ਦੀਆਂ ਅੱਖਾਂ ਵਿੱਚ ਖੂਨ ਆਇਆ ਟੌਲੇ ਫੜਕੇ, ਬਾਬਾ ਜੀ ਜੇ ਚੰਦ ਰਾਤ ਤੱਕ ਖਾਲਸਾ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਿਰ ਢਾ ਢੇਰੀ ਕੀਤਾ ਜਾਏਗਾ। ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ, ਹੇ ਪੰਥ ਦੇ ਮਾਲਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਪੁੱਟ ਨਹੀਂ ਨਾ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹੀਦੀ ਨਹੀਂ ਪਾਊਂਗਾ। ਹੌਲੀ ਕੰਮ ਉੱਠੀ, ਉਹਨੇ ਆਖਿਆ, ਬਾਬਾ ਦੀਪ ਸਿੰਘ ਮੈਂ ਤੇਰਾ ਨੋਖਾ ਪਰ ਸਿਰੇ ਨਹੀਂ ਚੜ੍ਹ ਦਊਂਗੀ। ਉਹਨੇ ਆਖਿਆ, ਬਚਨ ਹੋਣਗੇ ਸਿੰਘ ਦੇ, ਉਹ ਪੂਰੇ ਤੇ ਪੱਕੇ, ਓਏ ਅਸੀਂ ਫੜ ਫੜ ਜੰਮ ਲਗਾ ਲਈਏ ਸੂਈਆਂ ਦੇ ਨੱਕੇ, ਉਹ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਅੱਜ ਕਿਹੜਾ ਡੱਕੇ, ਨਹੀਂ ਅਸੀਂ ਖੰਡੇ ਥਾਰਾ ਫੇਰਦੇ ਐਵੇਂ ਨਹੀਂ ਚੁੱਕੇ। ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਜੋੜ ਦੋਹਰੀਆਂ ਚੋਟਾਂ, ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਕੇ ਗਗਨ ਦਵਾਨਾ ਬਾਬੇ ਬਾਜਿਓ, ਭਰਿਓ ਨਿਸ਼ਾਨੇ ਕਹਾਓ ਖੇਡ ਜੋ ਮਾਂਡੇ ਸੂਰਮਾ, ਆਪ ਚੂਜਨ ਕੋ ਦਾਓ ਦਾ ਜਾਪ ਕਰਦੇ ਹੋਏ ਮਾਲਵੇ ਦੀ ਧਰਤੀ ਤੋਂ ਮਾਝੇ ਦੀ ਧਰਤੀ ਨੂੰ ਰਵਾਨਾ ਹੁੰਦੇ ਆ। ਖੇਮ ਕਰਨ ਭਿੱਖੀ ਵੰਡ ਦੇ ਰਸਤੇ ਥਾਣੀ ਹੁੰਦੇ ਹੋਇਆ ਸਾਰਾ ਖਾਲਸਾ ਸ੍ਰੀ ਤਰਨ ਤਾਰਨ ਸਾਹਿਬ ਪਹੁੰਚਾ, ਇੱਥੇ ਰਾਤ ਕੱਟੀ ਆ। ਸਵੇਰੇ ਫਿਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਖਲੋ ਕੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਆ, ਹੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਮੈਂ ਤੇਰੇ ਚਰਨਾਂ 'ਚ ਅਰਦਾਸ ਕਰਦਾ, ਜਿੰਨਾ ਚਿਰ ਮੈਂ ਆਪਣਾ ਪਰਨੀ ਪੂਰਾ ਕਰ ਲੈਂਦਾ ਉਹਨਾਂ ਚਿਰ ਮੈਂ ਸ਼ਹੀਦੀ ਨਹੀਂ ਪਾਊਂਗਾ। ਹੇ ਧੰਨ ਗੁਰੂ ਰਾਮਦਾਸ ਮਹਾਰਾਜ, ਕੋਈ ਤੇਰੇ ਦਰ ਤੇ
फुलियां दा प्रसाद लेके आउंदा, कोई पतासियां दा लेके आउंदा, मैं सिर दा चढ़ावा लेके आया नूं प्रवान कर रही। बाबा दीप सिंह ने इत्थे खंडे नाल लीक खिंची है ललकार साहब गुरुद्वारा। बाबा दीप सिंह ने आख्या ओ जोधा लीक टप्पियो जिन्ने धर्म दे नां उत्तों जाना निशावर कर देनी है। आंदे 10,000 सूरमा छाला मारदा लीक टप गया है कोई कौम ओ जिहड़ी मरन दे नां उत्ते वधदी होवे। कलगियां वाले पाछा ने आपां नूं मान दिता। इधर जमाल खान पता लगा भी बाबा दीप सिंह मेरे ते चढ़ाई करके आ गया। 40,000 फौज चढ़ के चबे दे मैदान विच आया। इधर कलगीधर दे सूरमे लैके अकाल दी ओट, एक पासे थत्थरी अकाल दे जकारे, एक पासे जैली दे नारे। आंदे इन्ना कह कच जंग इत्थे मचिया। बाबा दीप सिंह दीआं फौजां ने जड़ियां दुश्मन दीआं फौजां अगलियां उन्हां नूं लम्मिया पा दित्ता। अमीर जान खान नूं अपना पासा हौला हुंदा जा पिया। इहने घोड़ा अगे छिड़िया ते बाबा दयाल सिंह वाले वध्या। बाबा दयाल सिंह ते 3 वार उस अमीर जान खान ने कीते। तिन्ने बाबा दयाल सिंह ने रोके, 3 वार बाबा दयाल सिंह ते अमीर जान खान ने कीते। बाबा जी ने तिन्ने पासों दी कढ दित्ते। तंदी ते चढ़ाया तीर, आंदे खिच के जदों छड्डिया ना अमीर जान खान दी छाती दे विचों सुखजीत सिंह दा निकल गया। घोड़े तो पवाटनी खा के थले डिगा। इहदी लोथ नूं इहदे वारस पिछे चुक के लै गए। अमीर जान खान नूं डिगदिआं वेख के रुस्तम खां आया, बड़े बड़े योधे गांव दे। इधर जबरदस्त खान बड़िया हंकारिया जरनैल सी, हाथी उत्ते बैठा हाथी अपने नूं गांवदा आया। बाबा दीप सिंह ने वध्या। आंदे इधर बाबा बलवंत सिंह निहंग सिंह ने रोकिया। बाबा निहंग सिंह जी, बाबा बलवंत सिंह जी, आंदे 3 वार इस जबरदस्त खां ने निहंग सिंह उत्ते कीते। तिन्ने बाबा जी ने रोके, फिर उंगल ते चढ़ाया चक्कर। आंदे एहो जिहा घुमा के छड्डिया, हाथी दी हमारी च बैठा सी। सूरमे दे चक्कर ने जबरदस्त खां दा सिर इतना ला के रख दिता जितना घमियार चक तो भांडा ला के रख दिंदे। इहनूं वी अगले जहान पहुंचाता फिर फौजां दा जरनैल जरनैल जमाल खान। अगे वधिया ने आख्या बाबा दीप सिंह मेरे वेंदिया वेंदिया तेरियां फौजां ने मेरियां फौजां दे घाल ला के रख दित्ते आ। मेरा जी करदा मैं तेरे नाल कल्ले ना कल्ला लड़ा। बाबा दीप सिंह जी करनी ते कथनी दे पूरे, बाणी ते बाणे विच परपक, शहीदां दी मिसल दे जथेदार। घोड़े तो थले आए होए जमाल खान नवी ओ चाहना जदों को कल्ले ना कल्ला लड़े। एक पासे फौजां दा जरनैल जमाल खान, दूजे पासे दमदमी टकसाल दे पहले जथेदार। जितना गह गच जंग इन्हां दा होया, चढ़दी कला उस कौम दी सदा रहिंदी, चढ़दी कला उस कौम दी सदा रहिंदी जिहड़ी अपने फर्ज पछाणदी ए। तख्तां ताजां ते लोभ ते थुकदी नहीं, सोझी आ जावे अपनी शान दी ए। किसे दुखी मजलूम दी हा सुन के बाजी ला दिंदी अपनी जान दी ए। तेरे भाणे सरबत दा भला होवे, चंदन सिखिया तेरे निशान छाण दी ए। प्यास कर लिखदे लड़दिआं लड़दिआं सांझे वार बाबा दीप सिंह जी दे और जमाल खान दे होए आ। हौणी ने आख्या बाबा दीप सिंह मैं आख्या सी तेरा परन से नहीं चढ़ दूंगी, तेरे मैं जेड़े प्राण राह विच रोल के रख दूंगी। तेरे गुरु दा मंदिर 5 मील दूर आ। निहंग सिंह होके झूठ बोलिया ई, अमृत छक के झूठ बोलिया ई। बाबा दीप सिंह ने आख्या हौणीए, हौणी ने आख्या मेरे किताब विच तेरे स्वास खत्म हो चुके। बाबा दीप सिंह ने आख्या हौणीए तेरी किताब ए डायरी लोकां वास्ते बणी आ, मेरे वास्ते नहीं। तेरियां रगां दे विचों कलगियां वाले पातशाह दा अमृत लंघिया, मैं अपना परन पूरा करके फिर शहीदी पाऊंगा। बाबा दीप सिंह दे आंदे पुल फरके खब्बी तली ते रखे आसीस, सजे हाथ विच फड़ के फलादी खंडा, कौम दी अगवाई करदा। बाबा दीप सिंह जी चरी वांग दुश्मनां नूं वढदा। इहो जी वाण बाबा दीप सिंह ने दुश्मनां नूं पाई, दुश्मनां ने लाहौर जा के सा लिया। उन्हें आख्या ओए खाना सानू जींदिआं नाल लड़ कराए के मरिआ ना। उन्हें आख्या कोई मर के भी लड़दा।
ਉਹਨੇ ਆਖਿਆ ਬਾਬਾ ਦੀਪ ਸਿੰਘ ਜੀ ਬੁੱਢਾ ਜਿਹਾ ਇੱਕ ਰਾਸੀ ਉਹਨੂੰ ਵੱਢ ਕੇ ਸੁੱਟ ਦਿੱਤਾ। ਉਹਦੇ ਨਾਲ ਦੇ ਨੇ ਆਖਿਆ ਰਾਜੀ ਅਜੇ ਕੀ ਵਿਗੜਿਆ, ਉਹ ਫਿਰ ਉੱਠ ਕੇ ਲੜਨ ਲੱਗ ਪਿਆ। ਉਹਨੇ ਆਖਿਆ ਕੱਲਾ ਜੀ ਕਿ ਹੋਰ ਵੀ ਕੋਈ? ਉਹਨੇ ਆਖਿਆ ਉਹਨੇ ਸਾਨੂੰ ਕੱਲੇ ਨੇ ਪਿਛਾ ਪਾ ਕੇ ਅੰਮ੍ਰਿਤ ਸਾਹਿਬ ਨੂੰ ਵੇਖਣ ਦਿੱਤਾ ਸਾਨੂੰ, ਮੈਂ ਦਾ ਵੀ ਉਹਦੇ ਨਾਲ ਦੇ ਵੀ ਸਾਥੀ ਉੱਠ ਪਏ ਹੋਣੇ ਆ। ਜਿਹਨੂੰ ਕੌਮ ਦੀ ਜ਼ਿੰਦਗੀ ਆਂਦੇ ਆ ਉਹ ਹੈ ਤੁਹਾਡਾ ਇਤਿਹਾਸ। ਨਾ ਕਿਸੇ ਤੇ ਵਾਅਦਾ ਕਰੋ, ਨਾ ਵਾਅਦਾ ਜਰੋ, ਸਿੱਖੀ ਵਿੱਚ ਪੂਰੇ ਹੋ, ਖੰਡੇ ਬਾਟੇ ਦਾ ਅਮਰ ਛਕੋ। ਇਹ ਮੈਂ ਭਾਈ ਜੰਗਵੀਰ ਸਿੰਘ ਜੀ ਅੰਬਾਲੇ ਸ਼ਹਿਰ ਰਿਆਣੇ ਚ ਪ੍ਰਸੰਗ ਬਾਦਾ ਦੀਪ ਸਿੰਘ ਦਾ ਪੜਿਆ। ਇੱਕ ਹਿੰਦੂ ਰਾਜਕੁਮਾਰ ਨਾਂ ਦਾ ਬੰਦਾ ਸਮਾਪਤੀ ਤੋਂ ਬਾਅਦ 1100 ਰੁਪਏ ਛੋਟੇ ਭਜੰਗੀ ਨੂੰ ਉਹਨੇ ਮੰਨ ਦਿੱਤਾ। ਮੈਂ ਕਿਹਾ ਵੀ ਤੈਨੂੰ ਕੁਝ ਪਤਾ ਪੁਤਾ ਵੀ ਲੱਗਾ ਜੋ ਇਹਨੇ ਪੜਿਆ? ਆਂਦਾ ਸਰਦਾਰ ਜੀ ਮੈਨੂੰ ਪਤਾ ਪੁਤਾ ਤੋਂ ਕੋਨਾ ਲੱਗ ਗਿਆ ਸਰ, ਜਬ ਜੂ ਛੋਰਾ ਗਾ ਰਿਹਾ ਥਾ ਨਾ। ਆਂਦਾ ਮੇਰੇ ਸਰੀਰ ਕੀ ਧੜਕਣ ਖੂਨ ਇਤਨਾ ਧੜਕ ਰਿਹਾ ਥਾ ਵੀ ਮੇਰੇ ਹੱਥ ਮਾ ਜੂ ਤਲਵਾਰ ਹੁੰਦੀ ਨਾ ਤੋ 4-5 ਕੀ ਮੁੰਡੀ ਤੋਂ ਮੈਂ ਵੀ ਕੱਟ ਦਿੰਦਾ। ਆਂਦਾ ਮੇਰੇ ਇੰਨਾ ਜੋਸ਼ ਆ ਗਿਆ ਸੀ ਵੀ 4-5 ਨੂੰ ਮੈਂ ਮਾਰ ਸਕਦਾ ਸਾਂ। ਸਿੱਖੋ ਇਹ ਨਾੜਾ ਚ ਜੰਮਿਆ ਹੋਇਆ ਖੂਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਢਾਡੀ, ਦਸਮ ਪਾਤਸ਼ਾਹ ਨੇ ਕੁਇਸ਼ ਤਿਆਰ ਕੀਤੇ, ਤੁਸੀਂ ਮਾਣ ਦਿੱਤਾ, ਧੰਨਵਾਦ। ਸਤਿਗੁਰ ਕਿਰਪਾ ਕਰੇ, ਭੁੱਲ ਚੁੱਕ ਦੀ ਮਾਫੀ, ਫਤਿਹ ਮਰਦਾਂ ਵਾਲੀ ਗੱਜ ਕੇ ਬੁਲਾਇਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।